ਫਰਕੋ ਫਰਕੀ ਹੁੰਦੀ ਆ, ਕਈ ਵਾਰੀ 2 ਲੱਖ ਰੁਪਇਆ ਆ ਜਾਂਦਾ, ਕਈ ਵਾਰੀ 4 ਲੱਖ ਰੁਪਇਆ ਆ ਜਾਂਦਾ ਜੀ। ਸਾਲ ਦੇ ਵਿੱਚ ਨਾ ਹਾਂਜੀ 6-7 ਲੱਖ ਰੁਪਇਆ ਕਮਾਇਆ ਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਸਹੀ ਹੈ। ਹਾਂਜੀ, ਬਿਮਾਰੀ ਪਾ ਜਾਂਦਾ, ਗਲ ਘੁੱਟ ਦੀ ਜ਼ਿਆਦਾ ਪੈਂਦੀ ਆ ਇਹਨਾਂ ਨੂੰ। ਤੇ ਕਿੰਨਾ ਖਰਚਾ ਆ ਜਾਂਦਾ ਇੱਕ ਬੰਦੇ ਦੇ ਮਹੀਨੇ ਦਾ? ਮਹੀਨੇ ਦਾ ਇੱਕ ਬੰਦੇ ਦੇ ਪਾਣੀ ਕੋਈ 20-25 ਹਜ਼ਾਰ ਰੁਪਇਆ ਤਾਂ ਆ ਹੀ ਜਾਂਦਾ। ਸਹੀ ਹੈ। ਹਾਂਜੀ, ਇੱਕ ਜਾਨਵਰ ਦੇ? ਇੱਕ ਜਾਨਵਰ ਦੇ ਪਾਣੀ ਸਾਡਾ ਮਸਲਨ ਕੋਈ ਵੀ ਖਰਚਾ ਨਹੀਂ ਹੁੰਦਾ। ਹਾਂਜੀ ਹਾਂਜੀ, ਠੀਕ ਹੈ ਨਾ, ਸਾਡੀ ਘਰ ਦੇ ਹਰ ਚੀਜ਼ ਹੁੰਦੀ ਹੈ। ਅਸਲਾਮੁ ਅਲੈਕੁਮ ਨਾਜ਼ਰੀਨ, ਕਿਸਾਨ ਦੋਸਤ ਯੂਟਿਊਬ ਚੈਨਲ ਕੀ ਤਰਫ ਸੇ ਆਜ ਇੱਕ ਨਈ ਵੀਡੀਓ ਲੇਕਰ ਆਪਕੀ ਖਿਦਮਤ ਮੇਂ ਹਾਜ਼ਰ ਹੂਏ ਹੈਂ। ਕਿਸਾਨ ਦੋਸਤ ਯੂਟਿਊਬ ਚੈਨਲ ਇੱਕ ਬਹੁਤ ਬੜੇ ਓਪਨ ਗੋਟ ਫਾਰਮਰ ਮੌਜੂਦ ਹੈ। ਗੋਟ ਫਾਰਮਿੰਗ ਕਾ ਕਾਰੋਬਾਰ ਕਰਨਾ ਆਸਾਨ ਹੈ ਜਾਂ ਮੁਸ਼ਕਲ? ਇਸਮੇਂ ਕਿਤਨਾ ਫਾਇਦਾ ਹੈ? ਕੌਣ ਕੌਣ ਸੀ ਮੁਸ਼ਕਲਾਤ ਕਾ ਸਾਹਮਣਾ ਕਰਨਾ ਪੜਤਾ ਹੈ? ਔਰ ਕਿਤਨੇ ਜਾਨਵਰ ਰੱਖਣੇ ਚਾਹੀਏ? ਤਮਾਮ ਇਨਫਾਰਮੇਸ਼ਨ ਹਮੇ ਇੱਕ ਮਫੀਦ ਔਰ ਤਜਰਬੇਕਾਰ ਕਿਸਾਨ ਕੇ ਪਾਸ ਮੌਜੂਦ ਹੈ। ਜਿਨ੍ਹਾਂ ਨੇ ਇੱਕ ਬੱਕਰੀ ਸੇ ਕਾਮ ਸ਼ੁਰੂ ਕੀਆ ਔਰ ਅਬ ਇਨਕੇ ਪਾਸ 60 ਬੱਕਰੀਆਂ ਔਰ 50 ਬੇਡੇ ਹੈ, ਤੋ ਚਲੋ ਇਨਕੀ ਮੁਫੀਦ ਇਨਫਾਰਮੇਸ਼ਨ ਔਰ ਇਨਕਾ ਤਜਰਬਾ ਕਿਸ ਤਰ੍ਹਾਂ ਕਾ ਰਹਾ ਵੋ ਆਪਕੇ ਸਾਥ ਸ਼ੇਅਰ ਕਰਤੇ ਹੈ ਔਰ ਇਨਕਾ ਇੰਟਰਵਿਊ ਸਟਾਰਟ ਕਰਤੇ ਹੈ। ਅਸਲਾਮ ਅਲੈਕੁਮ ਚਾਚਾ ਜੀ। ਵਾਲੇਕੁਮ ਸਲਾਮ, ਕੀ ਹਾਲ ਆ ਬਦੁਰ? ਠੀਕ ਠਾਕ ਹੋ? ਸ਼ੁਕਰ ਜਨਾਬ। ਨਾਂ ਦੱਸ ਦਿਓ ਆਪਣਾ ਥੋੜ੍ਹਾ ਜਿਹਾ। ਮੇਰਾ ਨਾਂ ਬਸ਼ੀਰ ਜੀ। ਅਤੇ ਕਿਹੜਾ ਇਲਾਕਾ ਆਪਣਾ? ਮੇਰਾ ਇਲਾਕਾ ਸਿਆਲਕੋਟ ਹੀ ਆ। ਸਹੀ ਹੈ। ਅਤੇ ਬੱਕਰੀਆਂ ਦਾ ਕਾਰੋਬਾਰ ਕਿੰਨੀ ਦੇਰ ਤੋਂ ਕਰ ਰਹੇ ਹੋ? ਬੱਕਰੀਆਂ ਦਾ ਕਾਰੋਬਾਰ 4-5 ਸਾਲ ਤੋਂ ਕਰ ਰਹੇ ਹੋ? ਸਹੀ ਹੈ। ਅਤੇ ਇਹ ਜਿਹੜੇ ਨਾਲ ਭੇਡਾਂ ਰੱਖੀਆਂ ਨੇ? ਭੇਡਾਂ ਨਵੀਆਂ ਲਿਆਉਣੀਆਂ ਜੀ। ਸਹੀ ਹੈ। ਕਿੰਨੀਆਂ ਬੱਕਰੀਆਂ ਰੱਖੀਆਂ ਜੀ? ਇੱਕ ਬੱਕਰੀ ਰੱਖੀ ਹੈ ਜੀ ਪਹਿਲਾਂ। ਹਾਂਜੀ। ਅਤੇ ਹੁਣ ਮਾਸ਼ਾਅੱਲਾ ਕਿੰਨੀਆਂ ਨੇ? ਹੁਣ ਕੋਈ ਨਹੀਂ ਜੀ, 40 ਕੁ। ਸਹੀ ਹੈ। ਅਤੇ ਭੇਡਾਂ ਕਿੰਨੀਆਂ ਜੇ? ਭੇਡਾਂ ਵੀ ਹੋਣੀਆਂ ਜੇ ਕੋਈ 35 ਕੁ। ਜਦੋਂ ਬੱਕਰੀ ਲਿਆਉਂਦੀ ਹੈ ਜੀ ਕਿੱਥੋਂ ਲਿਆਉਂਦੀ ਹੈ ਜੇ? ਇਹ ਪਿੰਡੂ ਵੇਲੇ ਹੀ ਹੈ ਜੀ। ਸਹੀ ਹੈ। ਦੇਸੀ ਜਾਂ ਕੋਈ ਨਸਲ ਹੋਰ ਦੀ? ਸਾਡੀ ਨਸਲ ਦੀ ਲਈ ਹੈ ਜੀ। ਸਹੀ ਹੈ। ਅਤੇ ਕੀ ਖੁਰਾਕ ਸ਼ਰਾਕ ਚਾਰਦੇ ਆ ਇਹਨਾਂ ਨੂੰ? ਬਾਹਰ ਹੀ ਜ਼ਿਆਦਾ ਚਾਰਦੇ ਜੀ ਇਹਨਾਂ ਨੂੰ। ਸਹੀ ਹੈ। ਇਸ ਤਰ੍ਹਾਂ ਹੀ? ਹਾਂਜੀ। ਅਤੇ ਮਾਸ਼ਾਅੱਲਾ ਕਿੰਨੇ ਜਾਨਵਰ ਨੂੰ ਕੇ ਟੋਟਲ ਭੇਡਾਂ ਪਾ ਕੇ ਬੱਕਰੀਆਂ ਪਾ ਕੇ? ਇਹ ਹੋਣੇ ਜੇ ਕੋਈ 60-70 ਜਾਨਵਰ। ਸਹੀ ਹੋ ਗਿਆ। ਹਾਂਜੀ। ਇਹਨਾਂ ਵਾਸਤੇ ਕੋਈ ਖਸੂਸੀ ਚਾਰਾ ਵੀ ਰਾਇਆ ਦਾ ਜਾਂ ਵੈਸੇ ਤੁਸੀਂ? ਚਾਰਾ ਵੀ ਰਾਇਆ ਦਾ ਹੁੰਦਾ ਜੀ। ਕਿੰਨੀ ਜ਼ਮੀਨ ਚਾਹੀਦੀ ਹੋਣੀ? 60 ਜਾਨਵਰ ਵਾਸਤੇ ਹੋਣੀ ਚਾਹੀਦੀ ਹੈ। ਹੋਣੀ ਚਾਹੀਦੀ ਹੈ ਕਿ ਲੈ ਕੇ ਜ਼ਮੀਨ? ਸਹੀ ਹੈ। ਸਟਾਲਾ ਲਾਉਂਦੇ ਹੋ ਜਾਂ ਹੋਰ ਕੋਈ ਚੀਜ਼? ਸਟਾਲਾ ਹੀ ਰਾਹੀਦਾ ਜੀ। ਸਹੀ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਸਟਾਲੇ ਤੋਂ ਇਲਾਵਾ ਕੀ ਪਾਉਂਦੇ ਹੋ? ਸਟਾਲੇ ਤੋਂ ਇਲਾਵਾ ਵੀ ਸਾਲ ਦੇ ਵਿੱਚ 4 ਮਹੀਨੇ ਕਣਕ ਪਾਉਂਦੇ ਹਾਂ। ਸਹੀ ਹੈ, ਸਹੀ ਹੈ। ਅਤੇ ਇੱਕ ਜਾਨਵਰ ਦੇ ਰੋਜ਼ ਦਾ ਕਿੰਨਾ ਦਾ ਖਰਚਾ ਆ ਜਾਂਦਾ? ਇੱਕ ਰੋਜ਼ ਦਾ ਜਾਨਵਰ ਕੋਈ 200-250 ਰੁਪਇਆ ਖਰਚਾ ਆ ਜਾਂਦਾ। ਸਹੀ ਹੈ, ਸਹੀ ਹੈ। ਹਾਂਜੀ। ਅਤੇ ਇਹ ਤੁਸੀਂ ਈਦ 'ਤੇ ਸੇਲ ਕਰਦੇ ਹੋ ਜਾਂ ਵੈਸੇ ਵੀ ਸੇਲ ਕਰਦੇ ਹੋ? ਇਹ ਈਦ 'ਤੇ ਹੀ ਸੇਲ ਕਰਦੇ ਜੀ। ਸਹੀ ਹੈ, ਸਹੀ ਹੈ। ਅਤੇ ਇੱਕ ਜਾਨਵਰ ਕਿੰਨੇ ਦਾ ਤੁਹਾਡਾ ਹੁਣ ਇਸ ਟਾਈਮ? ਇਹ ਕਮ ਸੋ ਕਮ ਵੀ 35 ਹਜ਼ਾਰ ਰੁਪਏ ਦਾ ਜਾਨਵਰ ਆ। ਸਹੀ ਹੈ। ਅਤੇ ਜਦੋਂ ਈਦ 'ਤੇ ਜਿਹਨੂੰ ਸੇਲ ਕਰਦੇ ਹੋ ਉਦੋਂ ਜ਼ਿਆਦਾ ਮੁਨਾਫਾ ਹੁੰਦਾ ਜੀ? ਇਸ ਟਾਈਮ ਮੁਨਾਫਾ ਈਦ 'ਤੇ ਮੁਨਾਫਾ ਹੁੰਦਾ। ਈਦ 'ਤੇ ਕਿੰਨੇ ਦਾ ਸੇਲ ਹੋ ਜਾਂਦਾ? ਈਦ 'ਤੇ 35-40 ਹਜ਼ਾਰ ਰੁਪਏ ਦਾ ਵਿਕ ਜਾਂਦਾ, ਇੰਝ 15-18 ਹਜ਼ਾਰ ਦਾ ਵਿਕਦਾ ਜੀ। ਸਹੀ ਹੈ, ਸਹੀ ਹੈ। ਮਾਸ਼ਾਅੱਲਾ ਕਾਫੀ ਖੂਬਸੂਰਤ ਜਾਨਵਰ ਨੇ ਤੁਹਾਡੇ। ਹਾਂਜੀ। ਅਤੇ ਇਕੱਲੇ ਹੀ ਇਹਨਾਂ ਨੂੰ ਚਾਰ ਰਹੇ ਜਾਂ ਹੋਰ ਬੰਦਾ ਰੱਖੇਦਾ? ਇਕੱਲੇ ਹੀ ਚਾਰ ਦੇ ਜੀ। ਅੱਛਾ, 60 ਜਾਨਵਰਾਂ ਵਾਸਤੇ ਚਾਚਾ ਜੀ ਸ਼ੈੱਡ ਬਣਾਉਣਾ ਜ਼ਰੂਰੀ ਹੈ ਜਾਂ ਵੈਸੇ ਘਰ ਰੱਖੇ ਦੇ ਨੇ? ਨਹੀਂ, ਸ਼ੈੱਡ ਬਣਾਇਆ ਦਾ ਜੀ ਇਹਨਾਂ ਦਾ। ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ? ਇਹਨਾਂ ਦੇ 10 ਮਰਲਿਆਂ ਦਾ ਸ਼ੈੱਡ ਬਣਾਇਆ ਦਾ ਜੀ। ਅੱਛਾ। ਖੁੱਲੀਆਂ ਬਣਵਾਈ ਦੀਆਂ ਇਹਨਾਂ ਦੀ, ਮੋਟਰ ਲਾਈ ਦੀ ਜਿਹਨਾਂ ਵਾਲੀ, ਉਹਦੀਆਂ ਬਣਾਈ ਦੀਆਂ ਜਾਂ ਇਹਨਾਂ ਦੀ। 60 ਜਾਨਵਰਾਂ ਵਾਸਤੇ ਕਿੰਨਾ ਖਰਚਾ ਆ ਜਾਂਦਾ ਸ਼ੈੱਡ ਬਣਾਉਣ ਦਾ? ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਦੱਸੋ ਥੋੜ੍ਹੀ। ਤਕਰੀਬਨ ਕੋਈ 10 ਕੁ ਮਰਲੇ ਜਗ੍ਹਾ 'ਤੇ ਉਹਦੇ 'ਤੇ ਕੋਈ ਮੇਰੇ ਭਾਈ ਹੋਰਾਂ 4 ਕੁ ਲੱਖ ਰੁਪਇਆ ਖਰਚਾ ਕੀਤਾ ਵਾ। ਸਹੀ ਹੈ। ਕਿਹੜੀ ਕਿਹੜੀ ਚੀਜ਼ ਲਾਈ ਹੈ ਵਿੱਚ? ਉੱਥੇ ਭਾਅ ਨੇ ਬਰਾਂਡਾ ਬਣਾਇਆ ਦਾ ਜਿਹਨਾਂ ਦਾ, ਚਾਰ ਦੀਵਾਰੀ ਬਣਾ ਕੇ, ਅੱਛਾ, ਖੁੱਲੀਆਂ ਬਣਾਈ ਦੀਆਂ ਜੇ, ਉਹਦੀਆਂ ਬਣਾਈ ਦੀਆਂ ਜੇ, ਅੱਛਾ ਅੱਛਾ, ਮੋਟਰ ਲਾਈ ਦੀ ਜਿਹਨਾਂ ਵਾਸਤੇ। ਉਸ ਤੋਂ ਬਾਅਦ ਦੱਸੋ ਕਿ ਸਿਆਲ 'ਚ ਕੋਈ ਜ਼ਰੂਰੀ ਬੰਦੋਬਸਤ ਕਰਦੇ ਹੋ ਜਾਂ ਐਂ ਜੀ ਉੱਥੇ ਹੀ ਜਾਣੀ ਛੱਡ ਦੇ? ਸਿਆਲ ਦੇ ਵਿੱਚ ਬਹੁਤ ਬੰਦੋਬਸਤ ਇਹਨਾਂ ਦਾ ਕਰਨੇ। ਕਿਹੜਾ ਕਿਹੜਾ ਕਰਦੇ ਦੱਸੋ ਥੋੜ੍ਹਾ? ਆਲੇ ਦੁਆਲੇ ਉਹਨਾਂ ਨੂੰ ਟੱਕਣੇ ਪੈਂਦਾ ਜ਼ਿਆਦਾ। ਹਾਂਜੀ। ਹੀਟਰ ਹੁਣ ਜਿਹਨਾਂ ਦੇ ਅੰਦਰ ਲੱਗ ਜਦੋਂ ਉਹ ਸਾਰ ਨਾਲੋਂ ਚੰਗਾ। ਹੀਟਰ ਵੀ ਲਾਉਂਦੇ ਜਾਂ ਪੱਖੇ ਇਸਤੇਮਾਲ ਕਰਦੇ ਗਰਮੀਆਂ 'ਚ? ਹਾਂਜੀ ਇਸਤੇਮਾਲ ਕਰਦੇ ਜੇ, ਇਹਨਾਂ ਨੂੰ ਵੀ ਹੀਟ ਦਿੰਦੇ ਜੇ, ਦਾਣੇ ਦੂਣੇ ਪਾਉਂਦੇ ਜੇ। ਸਹੀ ਹੈ। ਤੇ ਗਰਮੀਆਂ 'ਚ ਕੀ ਪ੍ਰੋਸੈਸ ਹੁੰਦਾ ਇਹਨਾਂ ਦਾ? ਥੋੜ੍ਹਾ ਜਿਹਾ ਵੀ ਜ਼ਿਆਦਾ ਹੀ ਰਹਿੰਦੇ ਜੇ। ਜ਼ਿਆਦਾ ਹੀ ਰਹਿੰਦੇ ਨੇ? ਹਾਂਜੀ। ਜਦੋਂ ਐਂ ਜੇ ਚਾਰਾ ਨਾ ਆਏ 12 ਮਹੀਨਿਆਂ 'ਚ ਚਾਰਦੇ ਜਾਂ ਤੁਸੀਂ ਵੱਖਰਾ? ਸਾਲ ਦੇ ਵਿੱਚ ਨਹੀਂ ਜੇ ਚਾਰਦੇ। ਹਾਂ ਸਹੀ ਹੈ। ਦੇ ਵਿੱਚ ਪੱਠਾ ਪਾਉਂਦੇ ਜੇ। ਪੱਠਾ, ਸਹੀ ਹੈ। 1 ਕਿੱਲੇ 'ਤੇ ਕਿੰਨਾ ਖਰਚਾ ਆ ਜਾਂਦਾ ਸਟਾਲਾ ਰਾਣਾ ਹੋਏ 'ਤੇ? ਸਟਾਲਾ ਰਾਣਾ ਹੋਏ ਕੋਈ 10-11 ਹਜ਼ਾਰ ਰੁਪਇਆ ਖਰਚਾ ਆ ਜਾਂਦਾ। ਅਤੇ ਮਹੀਨੇ ਦਾ? ਹਾਂਜੀ। ਅਤੇ ਸਾਲ ਦਾ ਕਿੰਨਾ ਹੋ ਗਿਆ? 1,20,000। ਹਾਂਜੀ। ਅਤੇ ਸਾਲ ਦੀ ਹੁਣ ਤੁਸੀਂ ਦੱਸਣੀ ਹੈ ਜੀ ਬੱਚਤ ਕਿੰਨੀ ਹੈ? ਹਾਂਜੀ, ਬੱਚਤ ਕਿੰਨੀ ਕੁ ਆ ਜਾਂਦੀ ਹੈ? ਇਮਾਨਦਾਰੀ ਨਾਲ ਦੱਸਣੀ ਹੈ ਤੂੰ ਬਸ, ਤੁਸੀਂ ਬਸ। ਬੱਚਤ ਭਾਅ ਨਾ ਫਰਕੋ ਫਰਕੀ ਹੁੰਦੀ ਹੈ, ਕਈ ਵਾਰੀ 2 ਲੱਖ ਰੁਪਇਆ ਆ ਜਾਂਦਾ, ਕਈ ਵਾਰੀ 4 ਲੱਖ ਰੁਪਇਆ ਆ ਜਾਂਦਾ ਜੀ। ਸਹੀ ਹੈ, ਸਹੀ ਹੈ। ਅਤੇ ਬਿਮਾਰੀ ਦਾ ਕੀ ਹਿਸਾਬ ਕਿਤਾਬ ਹੈ? ਤੁਸੀਂ ਬਹੁਤ ਤਜਰਬਾ। ਭਾਅ ਨੂੰ ਪੈਂਦੀ ਹੈ ਇਹਨਾਂ ਨੂੰ? ਪੈਂਦੀ ਹੈ? ਹਾਂਜੀ। ਬੱਕਰੀਆਂ ਨੂੰ ਕਿਹੜੀ ਪੈਂਦੀ ਹੈ ਅਤੇ ਭੇਡਾਂ ਨੂੰ ਕਿਹੜੀ ਪੈਂਦੀ ਹੈ? ਦੱਸੋ ਥੋੜ੍ਹਾ ਜਿਹਾ। ਬਿਮਾਰੀ ਭਾਅ ਨੇ ਗਲ ਘੋਟੂ ਦੀ ਜ਼ਿਆਦਾ ਪੈਂਦੀ ਹੈ ਇਹਨਾਂ ਨੂੰ। ਅੱਛਾ, ਗਲ ਘੋਟੂ ਦਾ ਇਲਾਜ ਦੇਸੀ ਕਰਦੇ ਹੋ ਜਾਂ
ਸਹੀ ਹੈ ਸਹੀ ਹੈ। ਤੇ ਉਸ ਤੋਂ ਬਾਅਦ ਤੁਹਾਡੀ ਰੂਟੀਨ ਦੱਸੋ ਸੁਬਾਹ ਦੀ ਕੀ ਹੈ, ਕਿੰਝ ਜੀ ਤੁਸੀਂ ਕਰਦੇ ਹੋ ਇਹਨਾਂ ਨੂੰ ਚਾਰਦੇ ਹੋ ਸੁਬਾਹ? 10 ਵਜੇ ਛੱਡ ਦੇਣੀ ਹੈ ਨਾ। ਅੱਛਾ ਜੀ, ਹਾਂਜੀ ਨਹਿਰ ਦੇ ਨਾਲ ਨਾਲ ਹੀ? ਹਾਂਜੀ ਸਹੀ ਹੈ ਸਹੀ ਹੈ। ਤੇ ਉਸ ਤੋਂ ਬਾਅਦ ਕੋਈ ਇਹਨਾਂ ਨੂੰ ਤੁਸੀਂ ਰੱਖੇ ਦਾ ਸਿਸਟਮ, ਯਾਨੀ ਦਾਲ ਸ਼ਾਲ ਦਾ ਪਾਉਂਦੇ ਹੋ ਵੀ? ਨਹੀਂ ਉਹ ਕਣਕ ਪਾਉਂਦੇ ਜੀ। ਅੱਛਾ ਕਣਕ ਪਾਉਂਦੇ। ਈਦ ਤੇ ਸਾਰੇ ਸੇਲ ਕਰਦੇ ਹੋ ਜਾਂ ਬਸ ਥੋੜੇ ਥੋੜੇ ਸੇਲ ਕਰਦੇ ਹੋ? ਇਹ ਈਦ ਤੇ ਸਾਰੇ ਇਕੱਠੇ ਸੇਲ ਕਰਦੇ। ਬੱਕਰੀਆਂ ਤੁਹਾਡੀਆਂ ਵਾਹ ਅੱਗੇ ਲੰਘ ਗਈਆਂ ਨੇ, ਅਜੇ ਤੁਰਦੇ ਜਾਓ। ਸੇਲ ਇਹਨਾਂ ਨੂੰ ਇਕੱਠਿਆਂ ਕਰਦੇ ਸਾਰਿਆਂ ਨੂੰ। ਸਹੀ ਆ। ਅਗਰ ਕੋਈ ਨਵਾਂ ਬੰਦਾ ਜਿਹੜਾ ਤੁਹਾਡਿਆਂ ਘਰਾਂ ਦਾ ਕੋਈ ਆਏ ਬਾਹਰੋਂ ਕੋਈ ਕਾਰੋਬਾਰ ਕਰਨਾ ਚਾਹੇ, ਹਾਂਜੀ, ਤੇ ਉਹਨੂੰ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕਰਨਾ ਚਾਹੀਦਾ? ਇੱਕ ਅੱਧੀ ਦੂਗੇ ਭਾਜ ਨੂੰ। ਇੱਕ ਤੋਂ? ਹਾਂਜੀ। ਤੇ ਕੋਈ ਜ਼ਿਆਦਾ ਕੋਈ ਰੱਖਣਾ ਚਾਹੇ ਤੇ ਉਹਨਾਂ ਨੂੰ ਕਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ? ਜ਼ਿਆਦਾ ਤੋਂ ਜ਼ਿਆਦਾ ਰੱਖਣ ਦੇ ਭਾਜ ਨੇ ਦਾ ਕੋਈ ਡਾਕਟਰ ਜ਼ਰੂਰੀ ਰੱਖਣਾ ਚਾਹੀਦਾ ਵਿੱਚ ਉਹਨਾਂ ਨੂੰ ਫਿਰ ਬੰਦੇ। ਅੱਛਾ ਜੀ, ਹਾਂਜੀ, ਤੁਸੀਂ ਤੁਹਾਡਾ ਵਾਹ ਮਾਸ਼ਾਅੱਲਾ ਤਜਰਬਾ, ਤੁਹਾਨੂੰ ਤਾਂ ਪਤਾ ਲੱਗ ਹੀ ਜਾਂਦਾ। ਹਾਂ, ਥੋੜਾ ਬਹੁਤਾ ਤਜਰਬਾ ਹੋ ਗਿਆ ਤਾਂ, ਲੇਕਿਨ ਇਹ 'ਚ ਡਾਕਟਰ ਰੱਖਣਾ ਬਹੁਤ ਜ਼ਰੂਰੀ ਹੈ। ਅੱਛਾ ਜੀ, ਹਾਂਜੀ। ਤੇ ਤੁਸੀਂ ਦੱਸ ਰਹੇ ਹੋ ਜੀ ਸ਼ਟਾਲਾ ਪਾਉਂਦੇ ਹੋ ਸਿਆਲ ਦੇ ਵਿੱਚ, ਹਾਂਜੀ, ਤੇ ਟੋਟਲ ਤੁਹਾਡਾ ਸਾਲ ਦੇ ਵਿੱਚ ਅਗਰ ਖਰਚਾ ਕੱਢੋ ਇੱਕ ਬੱਕਰੀ ਦੇ ਕਿੰਨਾ ਆ ਜਾਂਦਾ? ਇੱਕ ਬੱਕਰੀ ਦੇ? ਹਾਂਜੀ, ਇੱਕ ਜਾਨਵਰ ਦੇ? ਇੱਕ ਜਾਨਵਰ ਦੇ ਭਾਅ ਜੀ ਸਾਡਾ ਮਸਲਨ ਕੋਈ ਵੀ ਖਰਚਾ ਨਹੀਂ ਹੁੰਦਾ। ਹਾਂਜੀ ਹਾਂਜੀ, ਠੀਕ ਹੈ, ਸਾਡੀ ਘਰ ਦੇ ਹਰ ਚੀਜ਼ ਹੁੰਦੀ ਹੈ। ਹਾਂਜੀ ਹਾਂਜੀ, ਸਹੀ ਹੈ ਬਿਲਕੁਲ, ਸਾਡਾ ਕੋਈ ਖਰਚਾ ਨਹੀਂ ਜਾਣਾ। ਨਹੀਂ ਫਿਰ ਵੀ ਥੋੜ੍ਹਾ ਜਿਹਾ ਦੱਸੋ ਉਹਨਾਂ ਕਿ, ਯਾਨੀ ਜੇ ਕੋਈ ਬੰਦਾ ਮਾਸਾ ਵਾਲੇ ਤੌਰ 'ਤੇ ਪਾਉਂਦਾ ਸ਼ੈੱਡ, ਹਾਂਜੀ, ਉਹਨੂੰ ਪੈਲੀ ਵੀ ਲਾਉਣੀ ਪੈਂਦੀ ਹੈ ਆਪਣੀ? ਹਾਂਜੀ, ਠੀਕ ਹੈ, ਸ਼ਟਾਲਾ ਲਾਉਣਾ ਹੀ ਪੈਂਦਾ ਹੈ। ਹਾਂਜੀ, ਅਤੇ ਬੰਦਾ ਵੀ ਰੱਖਣਾ ਪੈਂਦਾ? ਹਾਂਜੀ। ਇੱਕ ਬੰਦਾ ਅਗਰ ਰੱਖਣਾ ਕਿੰਨੇ ਪੈਸੇ ਲੈਂਦਾ ਉਹ? ਉਹ ਬੰਦਾ ਭਾਅ ਜੀ ਫਰਕੋ ਫਰਕੀ ਕੋਈ 8,000 ਤੇ ਵੀ ਰਹਿ ਪੈਂਦਾ, ਕੋਈ 20,000 ਤੇ ਵੀ ਨਹੀਂ ਕਈ ਰਹਿੰਦੇ। ਸਹੀ ਹੈ ਸਹੀ ਹੈ। ਕਿ ਨਹੀਂ, ਤੇ ਕਿੰਨਾ ਖਰਚਾ ਆ ਜਾਂਦਾ ਇੱਕ ਬੰਦੇ ਦੇ ਮਹੀਨੇ ਦਾ? ਮਹੀਨੇ ਦਾ ਇੱਕ ਬੰਦੇ ਦੇ ਭਾਅ ਜੀ ਕੋਈ 20-25,000 ਰੁਪਏ ਤਾਂ ਆ ਹੀ ਜਾਂਦਾ ਹੈ। ਸਹੀ ਹੈ। ਹੁਣ ਤੁਸੀਂ ਮਿਸਾਲ ਤੌਰ ਤੇ ਆਪੇ ਚਾਰਦੇ ਹੋ, ਆਪੇ ਰੱਖੀ ਗਈਆਂ ਨੇ, ਹਾਂਜੀ, ਤਜਰਬਾ ਵੀ ਤੁਹਾਡਾ ਕਾਫੀ ਹੈ, ਹਾਂਜੀ, ਤੇ ਤੁਸੀਂ ਕਿੰਨਾ ਕੁ ਮੁਨਾਫਾ ਯਾਨੀ ਆਪਣੇ ਤੌਰ ਤੇ ਕੱਢ ਲੈਂਦੇ ਹੋ ਇੱਕ ਮਹੀਨੇ ਦਾ? ਇੱਕ ਮਹੀਨੇ ਦਾ ਭਾਅ ਜੀ? ਹਾਂਜੀ, ਇੱਕ ਮਹੀਨੇ ਦਾ ਭਾਅ ਜੀ ਇਹੋ ਜਿਹਾ ਬੱਚਿਆਂ ਨੂੰ ਦੁੱਧ ਪਿਲਾ ਛੱਡਦੀਆਂ ਨੇ ਬੱਕਰੀਆਂ। ਸਹੀ ਹੈ। ਬੱਕਰੀ ਯਾਨੀ ਦੁੱਧ ਵੀ ਹੈ ਤੁਸੀਂ ਆਪਣਾ ਇਸਤੇਮਾਲ ਕਰਦੇ ਪੈਣਾ? ਹਾਂਜੀ। ਕਿੰਨਾ ਕੁ ਦੁੱਧ ਕਰਦੇ ਹੋ ਰੋਜ਼ ਦਾ? ਇਹ ਰੋਜ਼ ਦਾ ਭਾਅ ਜੀ ਕੋਈ 8-10 ਬੱਕਰੀਆਂ ਦੁੱਧ ਦਿੰਦੀਆਂ ਨੇ, ਕੋਈ 5-6 ਕਿਲੋ ਦੇ ਛੱਡਦੀਆਂ ਨੇ। ਸਹੀ ਹੈ। ਬੱਚਿਆਂ ਵਾਸਤੇ ਭਾਅ ਜੀ ਸਹੀ ਜੀ ਦਾ ਥੋੜ੍ਹਾ ਬਹੁਤ ਤਾਂ ਬੱਚਿਆਂ ਨੂੰ ਭਾਅ ਜੀ ਭੁਲਾਈ ਜਾ। ਸਹੀ ਹੋ ਗਿਆ। ਉਸ ਤੋਂ ਬਾਅਦ ਦੱਸੋ ਜੀ ਸਾਨੂੰ ਕੋਈ ਤਜਰਬੇ ਦੀ ਗੱਲ ਦੱਸੋ, ਕੋਈ ਗੋੜ ਦੀ ਗੱਲ ਦੱਸੋ ਆਪਣੀ। ਮੈਂ ਤੇ ਤੁਹਾਨੂੰ ਵਾਵਾ ਪੁੱਛ ਲਈਆਂ ਨੇ ਗੱਲਾਂ। ਹਾਂਜੀ। ਕੋਈ ਬੰਦਾ ਨਵਾਂ ਕਾਰੋਬਾਰ ਕਰਦਾ ਹੈ ਤੁਹਾਨੂੰ ਕਿਹੜੀ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ? ਹੁਣ ਤੁਹਾਨੂੰ ਪਤਾ ਹੈ ਇਹ ਮਾਲ ਕਾਰੋਬਾਰ ਬਹੁਤ ਔਖਾ ਹੁੰਦਾ ਜੀ। ਹਾਂਜੀ ਹਾਂਜੀ, ਬਹੁਤ ਔਖੀ ਮੰਜ਼ਿਲ ਹੈ। ਸਹੀ ਹੈ। ਮਗਰ ਇਹਦੇ ਵਿੱਚ ਦੱਸੋ ਕੋਈ ਫਾਇਦਾ ਵੀ ਹੈ ਕਿ ਜਾਂ ਨਹੀਂ? ਔਖਾ ਤੇ ਹੈ, ਤੁਸੀਂ ਦੱਸ ਰਹੇ ਹੋ ਮਾਸ਼ਾਅੱਲਾ। ਫਾਇਦਾ ਭਾਅ ਜੀ 5 ਸਾਲ ਦੇ ਵਿੱਚ ਨਾ, ਹਾਂਜੀ, 6-7 ਲੱਖ ਰੁਪਈਆ ਕਮਾਇਆ ਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਸਹੀ ਹੈ। ਹਾਂਜੀ, ਅਗਰ ਕੋਈ ਨਵਾਂ ਬੰਦਾ ਕਾਰੋਬਾਰ ਕਰਦਾ ਤੁਹਾਨੂੰ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਆਪਣੀ ਕੋਈ ਦੱਸੋ ਰਾਏ? ਇਹ ਕਰੇ ਇੱਕ ਬੱਕਰੀ ਤੂੰ ਰੱਖੇ ਤੇ ਥੋੜੀਆਂ ਥੋੜੀਆਂ ਰੱਖੇ, ਤਰੀਕੇਕਾਰ ਨਾਲ ਹੀ ਜ਼ਰਾ। ਸਹੀ ਹੈ। ਆਸਤਾ ਆਸਤਾ ਵਧਾਏ, ਉਸ ਤੋਂ ਬਾਅਦ ਆਪਣੇ ਜ਼ਿਹਨ ਨੂੰ ਤੜਾਏ ਹੋ, ਠੀਕ ਹੈ ਨਾ, ਤੇ ਫੇਰ ਹੀ ਹੋ ਸਕਦਾ ਮਸਲਾ ਹੱਲ। ਭਾਅ ਜੀ ਬਾਹਰ 'ਚ ਮਜ਼ਾ ਵੀ ਹੈ ਜਾਂ ਬਸ ਇੰਜੀ ਹੈ? ਮਜ਼ਾ ਵੀ ਹੈ ਭਾਅ ਜੀ। ਸਹੀ ਹੈ। ਯਾਨੀ ਫ੍ਰੀ ਮੋਲ ਟੈਨਸ਼ਨ ਹੈ ਕਿਸੇ ਦੀ ਕੋਈ ਉਹ ਨਹੀਂ? ਹਾਂਜੀ, ਯਾਨੀ ਜਦੋਂ ਮਰਜ਼ੀ ਤੁਸੀਂ ਖੋਲੋ ਤੇ ਜਦੋਂ ਮਰਜ਼ੀ ਲਿਆਓ। ਹਾਂਜੀ, ਕਿਸੇ ਦੀ ਕੋਈ ਪਾਬੰਦੀ ਨਹੀਂ? ਨਹੀਂ ਜੀ, ਨਹੀਂ। ਸਹੀ ਹੈ ਸਹੀ ਹੈ। ਤੇ ਬਹੁਤ ਮਜ਼ੇਦਾਰ ਤੁਸੀਂ ਇੰਟਰਵਿਊ ਦਿੱਤਾ। ਸਹੀ ਹੈ। ਹਾਂਜੀ, ਗੁਰ ਦੀ ਗੱਲ ਹੈ, ਤੁਹਾਨੂੰ ਕਾਰੋਬਾਰ ਬਹੁਤ ਔਖਾ, ਇਹਨਾਂ ਦਾ ਭਾਅ ਜੀ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਡਿੱਗ ਪੈਂਦੀਆਂ ਨੇ। ਅੱਛਾ ਜੀ। ਹਾਂਜੀ, ਤੇ ਕਿਹੜੀ ਕਿਹੜੀ ਟਾਈਮ ਸ਼ੈੱਡ ਖਾਲੀ ਹੋ ਜਾਂਦਾ ਸਾਰਾ ਦਾ ਸਾਰਾ? ਅੱਛਾ ਜੀ। ਇੰਨੇ ਜਾਨਵਰ ਭਾਅ ਜੀ ਨਾ, ਇੰਨੇ ਜਾਨਵਰ ਹਨ, ਲੰਘ ਸਦਕਾ ਸੁਦਕਾ ਵੀ ਦੇਈਦਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਫਿਰ ਵੀ ਇਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਇਹ ਫਰਕ ਹੋ ਗਈਆਂ। ਸਹੀ ਹੈ ਸਹੀ ਹੈ। ਤੇ ਕੋਈ ਖਸੂਸੀ ਡਾਕਟਰ ਚਾਹੀਦਾ ਇਹਨਾਂ ਵਾਸਤੇ? ਬਿਲਕੁਲ ਜੀ, ਸਿਆਣਾ MBBS ਡਾਕਟਰ ਹੋਣਾ ਚਾਹੀਦਾ, ਜਿਹੜਾ ਮੈਂ ਕਿਹਾ ਪੂਰੀ ਤਲੀਮ ਵੀ ਕੀਤੀ ਦੀ ਹੋਏ, ਜਿਹੜਾ ਇਹਨਾਂ ਦੇ ਅੰਦਰ ਨੂੰ ਪੂਰਾ ਪੜ੍ਹੇ, ਫਿਰ ਬੰਦਾ ਕਾਰੋਬਾਰ ਕਰ ਸਕਦਾ। ਸਹੀ ਹੈ ਸਹੀ ਹੈ। ਬਹੁਤ ਸ਼ੁਕਰੀਆ ਸਰ, ਤੁਸੀਂ ਇੰਨੀ ਰਾਏ ਦਿੱਤੀ ਹੈ। ਕੋਈ ਗੱਲ ਨਹੀਂ, ਤੇ ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ। ਕੁਛ ਸੇਲ ਸੂਲ ਕਰਨਾ ਚਾਹੇ, ਕੋਈ ਨੰਬਰ ਸ਼ੰਬਰ ਹੈ ਤੁਹਾਡਾ ਮੋਬਾਈਲ ਦਾ? ਨਹੀਂ, ਨੰਬਰ ਨਹੀਂ ਜੀ ਮੇਰਾ। ਚਲੋ ਠੀਕ ਹੈ, ਕੋਈ ਰਾਬਤਾ ਕਰੇਗਾ ਤੁਹਾਨੂੰ ਦੱਸ ਦੇਵਾਂਗੇ। ਚਲੋ ਠੀਕ ਹੈ ਠੀਕ ਹੈ ਠੀਕ, ਬਹੁਤ ਅੱਲਾ ਹਾਫਿਜ਼। ਠੀਕ ਹੈ ਚਾਚਾ। ਨਾਜ਼ਰੀਨ ਮੋਹਤਰਮ, ਹਮੇਂ ਪੂਰੀ ਉਮੀਦ ਹੈ ਕਿ ਆਪਕੋ ਆਜ ਕੀ ਵੀਡੀਓ ਮੇਂ ਕੁਛ ਨਾ ਕੁਛ ਜ਼ਰੂਰ ਸੀਖਨੇ ਕੋ ਮਿਲਾ ਹੋਗਾ, ਔਰ ਤਜਰਬੇਕਾਰ ਫਾਰਮਰਸ ਕਾ ਇੰਟਰਵਿਊ ਆਪਕੋ ਜ਼ਰੂਰ ਪਸੰਦ ਆਇਆ ਹੋਗਾ। ਅਗਰ ਆਪਕੋ ਹਮਾਰੀ ਵੀਡੀਓ ਪਸੰਦ ਆਤੀ ਹੈ ਤੋ ਆਪਣੀ ਰਾਏ ਕਾ ਇਜ਼ਹਾਰ ਕਮੈਂਟ ਸੈਕਸ਼ਨ ਮੇਂ ਜ਼ਰੂਰ ਕਰੇਂ, ਔਰ ਅਗਰ ਆਪਕੋ ਹਮਾਰੀ ਵੀਡੀਓ ਪਸੰਦ ਆਤੀ ਹੈ ਤੋ ਹਮਾਰਾ ਯੂਟਿਊਬ ਚੈਨਲ ਕੋ ਸਬਸਕ੍ਰਾਈਬ, ਵੀਡੀਓ ਕੋ ਲਾਈਕਸ ਕਮੈਂਟਸ ਔਰ ਸ਼ੇਅਰ ਕੀਆ ਕਰੇਂ, ਤਾਂ ਕਿ ਹਮ ਆਪਕੀ ਖਿਦਮਤ ਮੇਂ ਰੋਜ਼ ਕੋਈ ਨਾ ਕੋਈ ਨਈ ਗੋਟ ਫਾਰਮਿੰਗ, ਡੇਅਰੀ ਫਾਰਮਿੰਗ, ਫਿਸ਼ ਫਾਰਮਿੰਗ ਔਰ ਅਦਰ ਦੂਸਰੇ ਕਾਰੋਬਾਰ ਕੇ ਮੁਤਲਕ ਵੀਡੀਓਜ਼ ਅਪਲੋਡ